है इश्क के कातिलो, हाँ आगे। तुम बर्बाद हो जाओगे। ओह अच्छा गाइस आ देखो ए आए अभी, ये कुड़ी ने पैसे नहीं दिते शायद, मेरे शेफ ने इन्हू कुटिया, शेफ है वो। हेलो गाइस, वेलकम टू माय न्यू ब्लॉग। आज आप चले हैं पटियाले। पटियाले की करन चले हैं, थोनों अगे वीडियो च देख के पता लग जूगा। इसलिए वीडियो के नाल बने रहे, तो वीडियो नूं पूरा जरूर देखियो। तो अद्धा ब्लॉग बहुत ही ज़्यादा इंट्रस्टिंग होने वाला है, तो चैनल में सब्सक्राइब तो वीडियो में लाइक करना ना भूलियो। चलो मिलते हैं हम अगे, बाय बाय टाटा सी यू। सो गाइस हम अभी चले हैं पटियाले घूम, ना आओ यार लेके चले रीले रूले बनाने काम होगा। सो चलो आ गया वो, मिलाना कौन है, ठीक है फिर मिलते हैं अगे वीडियो च, बने रहो वीडियो के नाल। ओके बाय बाय टाटा सी यू। तो गाइस ये मैंने लेना आया बंदा पूरा मुंह ढक के। बोल ला हुण 29 किलोमीटर पे यार अभी बने। पटियाले वाला मोड़ जेड़ा मुड़ना होंगे असी ने बाकी मुड़ना यार ब्लॉग च समझ नहीं आता ना की बोलिए, इसलिए कुछ भी मुंह दे विच आ जांदा बकली। गाइस असीं पटियाले पहुंच चुके हैं, हुण असीं चले स्टूडियो, स्टूडियो भी आने वाला है ना। हेलो देख लो, ओए टोवा भी थी या 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 रोड का पता नहीं की देखोगे तुम। स्टूडियो तो वैसे घैंट है, रोड़े गंदी है, रोंद ही रेंदे ने आईफोन वाले नेट नु। हाँ आ गया साडा को स्टूडियो कोठी के अंदर, जिदा मैं फोन लिया ना मैं गरीब हो गया। दसना नहीं है क्या लिया रोड लिया, मैं हूँ कला रोड़ूंगा, रुड़दा तो है नहीं है बिना कलच चला तेरे मोटर कहें। सारी साढ़े स्कूटी और कोठी वीरा पता नहीं है कितने, तो आप पहुँच चुके हैं अंदर, वो स्टूडियो भी दिखाने चलो चलिए। दिन तन दिन तन दिन तन दिन तन दिन तन दिन तन म्याऊ। कद पता लगे कुछ इतना सौन लगे सौन इंडिकेटर किधर मुड़ता कि इंडिकेटर इधर वाला मुड़ इधर रहे ने, इन्हों लाइसेंस लगता बनया नहीं हले खबर खानी की अज भी फास्ट फूड खाऊंगा, फास्ट है अज आज यार। गाइस आ देखो ए आए अभी, ये कुड़ी ने पैसे नहीं दिते शायद, मेरे शेफ ने इन्हू कुटिया, शेफ है वो ब्रोच पाया ना उन्होंने हाथ च भांडे भी ने
ਉਹ ਤਾਂ ਹੀ ਇਹ ਪੀਜ਼ਾ ਵਾਲੀ ਦੀ ਜਗ੍ਹਾ 'ਤੇ ਲਾਇਆ ਵਾ ਵੀ ਜੇ ਸਾਡਾ ਕੋਈ ਲੈ ਕੇ ਬੱਚਾ ਇੱਕੜ ਗੁੱਤਣੀ ਫੜ ਕੇ ਖਿੱਚਦਾ ਹੋਰ ਕਿਆ ਆਪਾਂ ਵੀ ਪੈਸੇ ਦੇ ਕੇ ਜਾਣੇ ਆਪਾਂ ਤਾਂ ਇੱਜ਼ਤਦਾਰ ਬੰਦੇ ਹਾਂ ਬਈ ਆਪਾਂ ਦੇ ਕੇ ਜਾਵਾਂਗੇ ਜਾਣ 'ਚ ਦੇਖੋ ਇਸ ਤਸਵੀਰ ਕੋ ਕੁਛ ਨਹੀਂ ਬਚਿਆ ਹੈਗਾ ਹੈ ਨਾ ਕਿੰਨਾ ਗੰਦਾ ਐਂਗਲ ਲਿਆ ਮੇਰੇ ਮੂੰਹ ਦਾ ਚਲੋ ਘੱਟ ਪੀਂਦੇ ਚਾਹ ਪੀਣ ਦਾ ਟਾਈਮ ਠੀਕ ਹੈ ਨਾ ਜੇਬਾਂ ਤੋਂ ਵੀ ਵਿਹਲੇ ਹੋ ਗਏ ਖਾ ਪੀ ਕੇ ਵਿਹਲੇ ਹੋ ਗਏ ਜੇਬਾਂ ਦੇ ਵਿਹਲੇ ਖਾ ਪੀ ਕੇ ਦੇਖੀ ਓਏ ਪਿੱਛੇ ਟੁੱਟੂਗਾ ਟਾਟੂਗਾ ਤਾਂ ਨਹੀਂ ਚਸ਼ਮਾ ਲਗਾ ਲਈਏ ਚਸ਼ਮਾ ਲਗਾ ਕੇ ਰੀਲਾਂ ਬਣਾ ਲਈ ਲੋਕੇਸ਼ਨ ਦੇਖ ਲੋ ਕਿੱਥੇ ਲੱਭਦੇ ਫਿਰਦੇ ਨੇ ਬਾਲਾ ਔਖਾ ਰਹਿਣਾ ਰੀਲਾ ਬਣਾ ਕੇ ਹੋ ਚੁੱਕਿਆ ਪਹਿਲੇ ਇਹ ਜਨਾਬ ਸਾਡੇ ਹੈ ਇਸ਼ਕੇ ਕਾਤਿਲੋ ਹਾਂ ਅੱਗੇ ਤੁਮ ਬਰਬਾਦ ਹੋ ਜਾਓਗੇ ਓ ਅੱਛਾ ਤੁਮ ਇਸ਼ਕ ਕਾ ਖੂਨ ਕਰੇ ਹੋ ਜਾਓ ਤੁਮਕੋ ਇਸ਼ਕ ਰਾਸ ਨਹੀਂ ਆਤਾ ਫਿਰ ਦੇਖੋ ਹਮ ਇਸ਼ਕ ਰਾਸ ਨਹੀਂ ਛੇਤਰ ਰਾਸ ਨਹੀਂ ਆਉਂਦੇ ਤੁਹਾਨੂੰ ਛੇਤਰ ਤਾਂ ਤੁਹਾਨੂੰ ਆਉਂਦੇ ਆ ਰਾਸ ਨਹੀਂ ਨਹੀਂ ਹਮ ਇਸ਼ਕ ਮੇ ਬਰਬਾਦ ਹੋਣਾ ਚਾਹੇਂਗੇ ਓਹੋ ਹਮ ਨਹੀਂ ਹੋਣਾ ਚਾਹੇਂਗੇ ਹਮ ਐਸੇ ਜੀਏਂਗੇ ਮਜ਼ੇ ਕਰੇਂਗੇ ਮਜ਼ੇ ਚੱਲ ਭਾਈ ਗੱਡੀ ਮੋੜੋ ਹੇ ਖੁਦਾ ਹਾਂ ਆਗੇ ਤੇਰੇ ਬੰਦੇ ਹਮ ਇਨ ਬੱਚੋਂ ਤੇ ਗਰਮ ਕਰਾਕਲ ਬੁੱਧੀ ਗਿਆਨ ਇਨਕੀ ਬੁੱਧੀ ਬੜੀ ਗਿਆ ਫਿਰ ਅਸੀਂ ਚਲੋ ਚਲੀਏ ਸਿਆਣੇ ਨਹੀਂ ਹੋ ਜਾਵਾਂਗੇ ਚੱਲ ਚੱਲ ਸਿਆਣਾ ਤੂੰ ਵੈਸੇ ਵੀ ਨਹੀਂ ਹੋਣ ਲੱਗਿਆ ਗਜਬ ਬੇਇੱਜ਼ਤੀ ਹੈ ਹੁਣ ਮੈਂ ਚੱਲਿਆ ਘਰ ਨੂੰ ਐਕਚੁਲੀ ਮੈਨੂੰ ਇਕੱਲੇ ਨੂੰ ਘਰੇ ਜਾਣਾ ਪਊਗਾ ਕਿਉਂਕਿ ਉਹਨੂੰ ਥੋੜ੍ਹਾ ਜਿਹਾ ਕੰਮ ਹੈ ਸੋ ਆਪਾਂ ਨੂੰ ਘਰੇ ਆ ਕੇ ਮਿਲਦੇ ਹਾਂ ਬਾਏ ਬਾਏ ਟਾਟਾ ਸੀ ਯੂ ਗਾਈਸ ਗਾਈਸ ਕਿੰਨਾ ਹਨੇਰਾ ਹੋ ਚੁੱਕਿਆ ਹੈ ਅਤੇ ਆਪਾਂ ਮੋਟਰਸਾਈਕਲ 'ਤੇ ਘਰੇ ਜਾ ਰਹੇ ਹੋ ਇਕੱਲੇ ਇਕੱਲੇ ਜਲਦੀ ਤੋਂ ਜਲਦੀ ਘਰੇ ਪਹੁੰਚਣਾ ਆਪਾਂ ਪਹੁੰਚਣ ਵਾਲੇ ਹੀ ਹਾਂ 10-15 ਮਿੰਟ ਦਾ ਰਸਤਾ ਰਹਿ ਗਿਆ ਫਿਰ ਆਪਾਂ ਘਰੇ ਹੋਵਾਂਗੇ ਸ਼ਾਇਦ ਪਹਿਲਾਂ ਆਪਾਂ ਮੋਮੋਸ ਖਾਈਏ ਫਿਰ ਜਾਈਏ ਘਰ ਨੂੰ ਸਪੀਡ ਬਹੁਤ ਜ਼ਿਆਦਾ ਹੈ ਇਸ ਲਈ ਸਲੋਅ ਚੱਲਣ 'ਚ ਵਧੀਆ ਨਾ ਭਲਾਈ ਆ ਮੇਰੀ ਮੱਛਰ ਹੀ ਜੀ ਬਹੁਤ ਆ ਯਾਰ ਜਾਗ ਰਹੀ ਹੈ ਮੈਂ ਤਾਂ ਤੁਹਾਨੂੰ ਦੇਖਣਾ ਵੀ ਨਹੀਂ ਹੈਗਾ ਇੰਨਾ ਹਨੇਰਾ ਉਰੇ ਬਾਈ ਬਹੁਤ ਹਨੇਰਾ ਲਾਈਟਾਂ ਵੀ ਨਹੀਂ ਲੱਗੀਆਂ ਹੋਈਆਂ ਸਰ ਹੋਰ ਯਾਰ ਗਾਈਜ਼ ਮੈਂ ਪਹੁੰਚ ਚੁੱਕਿਆ ਸਰਹੰਦ ਬੜੇ ਔਖੇ ਪਹੁੰਚੇ ਆ ਗਾਈਜ਼ ਮੇਰਾ ਰੁਮਾਲ ਹੀ ਗਿਰ ਗਿਆ ਹਾਏ ਫਾਈਨਲੀ ਮੈਂ ਪਹੁੰਚ ਗਿਆ ਆਪਣੇ ਮਾਰਕੀਟ 'ਚ ਅਤੇ ਹੁਣ ਅਸੀਂ ਚੱਲੇ ਹਾਂ ਘਰ ਨੂੰ ਪਹਿਲਾਂ ਸ਼ਾਇਦ ਮੋਮੋਜ਼ ਮੂਮੋਜ਼ ਖਾ ਕੇ ਫਿਰ ਜਾਂਦੇ ਹਾਂ ਲਓ ਬਈ ਮੋਮੋਜ਼ ਖਾ ਲਓ ਹੁਣ ਪਹੁੰਚ ਚੁੱਕੇ ਹਾਂ ਸਰਹੰਦ ਗਾਈਜ਼ ਮੈਂ ਪਹੁੰਚ ਗਿਆ ਘਰ ਨੂੰ ਅਤੇ ਆਪਾਂ ਚੱਲੀ ਹੁਣ ਉੱਤੇ ਸੋ ਗਾਈਜ਼ ਹੁਣ ਮੈਂ ਪਹੁੰਚ ਗਿਆ ਘਰੇ ਅਤੇ ਹੁਣ ਕਰਾਂਗੇ ਆਰਾਮ ਕਿਉਂਕਿ ਬਹੁਤ ਜ਼ਿਆਦਾ ਥਕਾਵਟ ਹੋ ਚੁੱਕੀ ਆ ਕਿਉਂਕਿ ਬਹੁਤ ਥੱਕ ਗਿਆ ਮੈਂ ਇਕੱਲਾ ਮੋਟਰਸਾਈਕਲ ਆ ਕੇ ਆਇਆ ਉਹ ਵੀ ਇੰਨੀ ਦੂਰੋਂ ਬਹੁਤ ਭਜਾਇਆ ਹੌਲੀ ਵੀ ਚਲਾਇਆ ਅਤੇ ਹੁਣ ਮਿਲਾਂਗੇ ਆਪਾਂ ਅਗਲੇ ਵਲੋਗ 'ਚ ਜੇ ਤੁਹਾਨੂੰ ਵਲੋਗ ਪਸੰਦ ਆਇਆ ਤਾਂ ਲਾਈਕ ਕਰ ਦਿਓ ਅਤੇ ਕਮੈਂਟ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਥੈਂਕ ਯੂ ਫੋਰ ਗਾਈਜ਼ ਫੋਰ ਵਾਚਿੰਗ ਆਪਾਂ ਮਿਲਾਂਗੇ ਹੁਣ ਅਗਲੇ ਵਲੋਗ 'ਚ ਆਪਾਂ ਕੀਤਾ ਬਹੁਤ ਕੁਛ ਅੱਜ ਚਲੋ ਬਾਏ ਬਾਏ ਟਾਟਾ ਸੀ ਯੂ ਗਾਈਜ਼ ਤੇਰੀ ਮਹਿਫਿਲ ਮੈਂ ਵੇਖ ਹਮ ਨਾ ਹੋਂਗੇ ਵਾਹ 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 ਕੀ ਬਾਤ ਤੇਰੇ ਵਾਲੇ ਕਮ ਨਾ ਹੋਂਗੇ